हाँ जी, सत श्री अकाल जी सारयां नूं। सत श्री अकाल जी सारयां नूं। वेलकम टू तुहाडा साडे चैनल ते। मैं कुछ खा रही सी तुहाडे अपने नहीं बाकी ब्लॉग नूं मूंगी ने। तो वेलकम जी तुहाडा अपने चैनल ते। जी हां, तुहाडे अपने चैनल ते। जी आयां नूं। जी आयां नूं। हां जी, सो होर सुनाओ की हाल चाल आ? बस होप सो ऑल आर फाइन। सारे ठीक ठाक होणगे? ठीक ठाक ही होणगे। आपां गल करन लगे सी कि जिहड़ियां हैना फ्रेंड्स होंदियां, जिहड़े सहेलियां होंदियां ना, कई सालां तक वी जिहड़ियां ना मतलब कि उह भुलदियां नहीं, हैना? बिलकुल जी। ते अज मैं शुरू करन लगी आ, पहली गल ते कि मैं अपने बारे दसदी आ कि मेरी एक फ्रेंड मैनूं किन्ने साल बाद मिली। अजे असीं मिलियां नहीं आ, इह साडी फोन ते गलबात होंदी आ ते सानूं तौबा तौबा इहनां दी गल होई। मतलब कि ओनू वीडियो भेजी तो वेख के ओनू है ना बड़ा वधिया लगा कि है ना, वो फिर ओनू समझ ना आए कि मैं मिलना किस तरह आया। फिर उन्हें मैनू वो वीडियो वेख के फिर उन्हें मैनू इंस्टाग्राम पर वेख्या, उतों लभ्या, उत्थे मैनू हैलो भेजी है ना। तो मैनू नहीं समझ लगी, मैं वेख्या उस तरह, मैं हूँ आई साइड भी गीत आ। हैलो जी, सत श्री अकाल जी। अज तो गिफ्ट तो गिफ्ट बचन डे। ये क्या लेके आई हो? अच्छा, ले आओ गिफ्ट। ते मैं ना शुरू की थी गल, आपा दलजीत दी गिफ्ट लेके आए ने स्कूल तो, के कप टूट गए ना साडे डेली वाले, चाह पीने वाले बड़े मग्गे, बड़े मग्गे टूट गए। मैं बटाले कॉलेज च आ गई, ओ उत्थे रह गई है ना। ते मैं ता एक मेरी होर फ्रेंड सी, ओ चलो मेरे पिंड दे लागे दी ही, ते ओ आपां मिलदे आ है ना, असीं एक दूसरे नूं मिलदे उदों दे, एक दूसरे दे विआह फंक्शन वगैरह ते वी आउंदे आ। पर एक साडी होर एक फ्रेंड हैगी आ, असीं चारां दा साडा ज़्यादा ग्रुप, चार पंज मतलब कि आपां रूममेट सी, असीं अपनी हर चीज़ शेयर करदे सी। चौथी वी मिलेगी तुहानूं वी लॉग ते रहती वी, चौथी वी मिल जाएगी कितें। ते ओह हैगी सी कथू नगर लागे पिंड सी उहदा क्लेयर, ओह हजे मिली नहीं, चलो उहनूं वी लभ लांगे। ਅਤੇ ਜਿਹੜੀ ਮਤਲਬ ਕਿ ਮੈਂ ਗੱਲ ਕਰਨੀ ਕਿ ਅਸੀਂ ਵੀ ਸਾਡਾ ਖਾਣਾ ਪੀਣਾ ਸਾਰਾ ਕੁਛ ਇਕੱਠਾ ਹੁੰਦਾ ਸੀ, ਪਲੱਸ ਆਪਾਂ ਇੱਕ ਦੂਸਰੇ ਦੇ ਕੱਪੜੇ ਵੀ ਪਾ ਲੈਂਦੀਆਂ ਹੁੰਦੀਆਂ ਸੀ, ਸੂਟ ਵਗੈਰਾ ਵੀ ਅਸੀਂ ਐਕਸਚੇਂਜ ਕਰਕੇ, ਵੀ ਇੰਨਾ ਜ਼ਿਆਦਾ ਸਾਡਾ ਪਿਆਰ ਸੀ। ਕਲਾਸਮੇਟ ਸੀ, ਰੂਮਮੇਟ ਸੀ, ਬਹੁਤ ਵਧੀਆ ਸੀ। ਕਿੰਨੇ 30 ਸਾਲ ਬਾਅਦ ਸਾਨੂੰ ਕੋਈ ਇੱਕ ਦੂਸਰੇ ਨਾਲ, ਕਿਉਂਕਿ ਉਦੋਂ ਪਹਿਲਾਂ ਕਿਹੜੇ ਫੋਨ ਹੁੰਦੇ, ਫੋਨ ਤਾਂ ਹੋਣੀ ਥੋੜ੍ਹੀ ਦੇਰ ਪਹਿਲਾਂ ਆਏ ਆ, 8-10 ਸਾਲ ਪਹਿਲਾਂ ਹੀ, ਅਤੇ ਅਸੀਂ ਮਿਲੀਆਂ ਹੀ ਨਹੀਂ ਕਦੀ ਹੈ ਨਾ। ਫਿਰ ਮੇਰਾ ਕਾਲਜ ਚੇਂਜ ਹੋ ਗਿਆ, ਉਹਨਾਂ ਦਾ ਉੱਥੇ ਹੋ ਗਿਆ, ਫਿਰ ਮੈਂ ਗਾਂ ਇੱਧਰ ਇੱਧਰ ਚਲੇ ਗਈ। ਅਤੇ ਚਲੋ ਜੀ, ਉਹ ਹੈ ਨਾ ਮਿਲੇ ਨਹੀਂ, ਪਰ ਅਸੀਂ ਮੈਂ ਤਾਂ ਮੇਰੀ ਇੱਕ ਨਸ਼ਹਿਰੇ ਵਾਲੀ ਫਰੈਂਡ ਆ ਡੋਲੀ, ਅਸੀਂ ਹਮੇਸ਼ਾ ਹੀ ਉਹਨੂੰ ਯਾਦ ਕਰਦੇ ਹਾਂ। ਦੇ ਦੋਨਾਂ ਨੂੰ ਇੱਕ ਹੈਗੀ ਆ ਨਰਿੰਦਰ ਰਾਣੀ ਉਹਦਾ ਨਾਂ ਸੀ, ਅਤੇ ਇੱਕ ਹੈਗੀ ਆ ਰਾਜਵਿੰਦਰ, ਅਤੇ ਰਾਜੂ ਨਿਕਨੇਮ ਰਾਜੂ ਆ। ਅਤੇ ਅਸੀਂ ਹਮੇਸ਼ਾ ਹੀ ਜਦੋਂ ਵੀ ਗੱਲ ਕਰਨੀ ਤਾਂ ਅਸੀਂ ਉਹਨਾਂ ਨੂੰ ਬੜਾ ਮਿਸ ਕਰਨਾ, ਯਾਦ ਕਰਨਾ ਆਪਸ 'ਚ ਫੋਨ 'ਤੇ ਵੀ, ਆਏ ਪਤਾ ਨਹੀਂ ਗਵਾਚ ਹੀ ਗਈਆਂ ਕਿਤੇ। ਉਹਨਾਂ ਦਾ ਪਿੰਡ ਵੀ ਇੱਧਰਲੀ ਸਾਈਡ 'ਤੇ ਸੀ, ਜਦੋਂ ਆਪਾਂ ਨਾ ਇੱਧਰੋਂ ਗੁੜ ਲੈਣ ਜਾਂਦੇ ਤਾਂ ਮੈਂ ਜਦੋਂ ਉੱਥੋਂ ਲੰਘਣਾ ਡੇਰੇ ਵਾਲੀ ਸਾਈਡ ਤੋਂ ਜਾਣਾ, ਮੈਂ ਕਿਹਾ ਇੱਥੋਂ ਦੀ ਮੇਰੀ ਇੱਕ ਫਰੈਂਡ ਹੁੰਦੀ, ਹਾਏ ਉਹ ਮਿਲੀ ਨਹੀਂ। ਮੈਂ ਫਿਰ ਆਪਣੇ ਮਨ ਸੋਚਿਆ, ਮੈਂ ਨਾ ਮੈਨੂੰ ਉਹਦੇ ਪਾਪਾ ਦਾ ਨਾਮ ਵੀ ਯਾਦ ਆ, ਉਹਦੇ ਪਾਪਾ ਇੰਜ ਮਤਲਬ ਪਿੰਡ ਦੇ ਸਰਪੰਚ ਸੀ ਹੈ ਨਾ, ਸਾਰੀਆਂ ਗੱਲਾਂ ਕਰਦੇ ਕਰਦੇ ਨਾ ਗਾਹ ਉੱਧਰ ਡੇਰੇ ਤੋਂ ਹੋ ਆਉਣਾ, ਉਹ ਫਿਰ ਚੇਤਾ ਭੁੱਲ ਜਾਣਾ। ਇੱਕ ਵਾਰੀ ਮੈਂ ਉਹਨੂੰ ਧਾਰੀਵਾਲ ਖਲੋਤੀ ਨੂੰ ਵੇਖਿਆ, ਉਦੋਂ ਵੀ ਮੈਂ ਇਸ ਤਰ੍ਹਾਂ ਛੇਤੀ 'ਚ ਆਪਾਂ ਨਿਕਲ ਗਏ। ਮੈਂ ਬਾਅਦ 'ਚ ਬੜਾ ਪਛਤਾਈ ਕਿ ਹਾਏ ਮੈਂ ਕਿਉਂ ਨਹੀਂ ਮਿਲੀ। ਮੈਂ ਬੜੀ ਵਾਰ ਇਹ ਗੱਲ ਸਾਰਿਆਂ ਨਾਲ ਕੀਤੀ ਕਿ ਹਾਏ ਮੇਰੀ ਉੱਥੇ ਫਰੈਂਡ ਸੀ, ਮੈਂ ਕਿਉਂ ਨਹੀਂ ਖਲੋਤੀ, ਮੈਨੂੰ ਸਾਨੂੰ ਛੇਤੀ ਸੀ ਕੋਈ, ਮੈਨੂੰ ਲੱਗਦਾ ਉਦੋਂ ਡੈਡੀ ਹੁੰਦੇ ਸੀ ਸ਼ਾਇਦ, ਬੜੀ ਦੇਰ ਪਹਿਲਾਂ ਦੀ ਗੱਲ ਆ, ਮਤਲਬ 16-17 ਸਾਲ ਪਹਿਲਾਂ ਦੀ ਗੱਲ ਆ। ਅਤੇ ਅਸੀਂ ਨਹੀਂ ਮਿਲੀਆਂ, ਅਤੇ ਹੁਣ ਉਹਨੇ ਮੈਨੂੰ ਇੰਸਟਾਗ੍ਰਾਮ 'ਤੇ ਹੈਲੋ ਹਾਏ ਭੇਜੀ, ਮੈਂ ਫਿਰ ਨਹੀਂ ਉਹਨੂੰ ਪਛਾਣਿਆ ਵੀ ਕੌਣ ਆ। ਮੈਂ ਚੁੱਕ ਕੇ ਉਹਦੀ ਫੋਟੋ ਸੇਵ ਕਰਕੇ ਨਾ, ਜਿਹੜੀ ਉਹਨੇ ਲਾਈ ਆਪਣੀ ਪ੍ਰੋਫਾਈਲ ਉੱਤੇ ਇੰਸਟਾਗ੍ਰਾਮ 'ਤੇ, ਮੈਂ ਚੁੱਕ ਕੇ ਆਪਣੀ ਭਤੀਜੀ ਨੂੰ ਭੇਜਤੀ। ਮੈਂ ਕਿਹਾ ਇਹ ਕੌਣ ਆ? ਕਹਿੰਦੀ ਭੂ ਜੀ, ਪਾਪਾ ਨੂੰ ਵੀ ਪੁੱਛਿਆ, ਪਾਪਾ ਕਹਿੰਦੇ ਨਹੀਂ ਇੱਥੋਂ ਦਾ ਕੋਈ ਨਹੀਂ ਹੈਗਾ, ਅਤੇ ਮੈਨੂੰ ਵੀ ਨਹੀਂ ਪਤਾ ਕੌਣ ਆ। ਮੈਂ ਕਿਹਾ ਅੱਛਾ, ਮੈਂ ਕਈ ਵਾਰ ਪਿੰਡ ਤੋਂ ਆ ਜਾਂਦੀ ਕਈ ਵਾਰ ਦੀ ਹੈ ਨਾ,
ਫਿਰ ਮੈਂ ਹੈਲੋ ਲਿਖਿਆ ਉਹਨੂੰ ਤੇ ਉਹਨੇ ਅੱਗੋਂ ਮੈਨੂੰ ਲਿਖਿਆ ਕਿ ਮੈਂ ਆਪਣਾ ਨਾਮ ਦੇ ਦਿੱਤਾ ਕਿ ਮੈਂ ਹੀ ਪਛਾਣ ਗਈ ਨਹੀਂ ਤੁਸੀਂ ਇੰਸਟਾ ਤੇ ਮੈਸੇਜ ਕੀਤਾ ਨਾ पछाणिया नहीं क्योंकि मैं बड़ी मोटी हो गई पतली आ सो आप मिलना है बड़ी छेती हजे मिले नहीं है क्योंकि हम दिवाली का चलन डिया कोई सब दे अपने अपने घर च काम होंगे सिर कुछ होन डिया ते मैं के की होन की होवे कहिंदे नहीं मैं ना बोल लिया ज्यादा ते हुण मैनू कुछ होन डिया आ ते मैं कहा कि भी तकरीबन एक दो दिन छड़ के एक दूजे नूं फोन कर लेंदियां कदी ओहदा आ जांदा कदी मेरा ते बाद च इह निकलिया कि साडे जिहड़े नाल वाले नेबर जी ओह उहनां दे मामा जी वेख लो तुसीं किद्दां हणा लागे आउंदे रहे आ लागे आउंदे रहे आ ओह ते सानूं ओही गल कि वाकई असी आपस में फूड भी शेयर करते सी असी आपस में जोक्स भी शेयर करते सी प्लस वो इन्ने पोले मूँह नाल गल करते सी ना ते असी हस हस दूरे हो जाना मैनू जिदा जिदा मैं वर्डिंग्स पढ़ रही सी मैनू उदा उदा ही सारा कुछ चेते आ रहा सी ते मैं सोचा मैं क्या हाँ जी वाकई असी इदा ही कीता सी ते हुणे मैं उन्हां नू वीडियो बना के भेजी मैं कहा कि थैंक यू तुहाडा कि तुसीं मैनू सारा कुछ याद करवाया पिछला जो भी असी इकट्ठे समा बताया सीगा ਅਤੇ ਉਹਨਾਂ ਨੇ ਹਮੇਸ਼ਾ ਆਪਣੀ ਜੋ ਵੀ ਪ੍ਰੋਬਲਮ ਮੇਰੇ ਨਾਲ ਸ਼ੇਅਰ ਕਰਨੀ ਅਤੇ ਮੈਂ ਉਹਨਾਂ ਨਾਲ ਸ਼ੇਅਰ ਕਰਨੀ ਕਿਸੇ ਬੱਚੇ ਨੇ ਗਿਫਟ ਕੀਤਾ ਏਡੇ ਹੀ ਕੱਪ ਹਾਂ ਤੇ ਇਹਨਾਂ ਕੋਲ ਏਡੇ ਏਡੇ ਕੱਪ ਹੁੰਦੇ ਸਾਡੇ ਘਰ ਰੰਗ ਬਿਰੰਗੇ ਕੱਪ ਇੰਨੇ ਜ਼ਿਆਦਾ ਨਾ ਹਿਸਾਬ ਹੀ ਨਹੀਂ ਤੇ ਪਤਾ ਨੀ ਅਸੀਂ ਮਤਲਬ ਮਿਡਲ ਕਲਾਸ ਫੈਮਿਲੀ ਜਿਹੜੀ ਆ ਨਾ ਅਸੀਂ ਤਾਂ ਸਾਂਭ ਕੇ ਰੱਖ ਲੈਂਦੇ ਸਾਰੇ ਰੰਗ ਬਿਰੰਗੇ ਜੇ ਹਟਾਈ ਮੰਨ ਲਓ ਇੱਕ ਕੱਪ ਟੁੱਟ ਜਾਂਦਾ ਨਾ ਛੇ ਕੱਪਾਂ ਛਿਆਂ 'ਚੋਂ ਜੇ ਇੱਕ ਟੁੱਟ ਗਿਆ ਨਾ ਤਾਂ ਅਸੀਂ ਪੰਜ ਵੀ ਰੱਖ ਲੈਂਦੇ ਹਾਂ ਜੇ ਜੇ ਮੰਨ ਲਓ ਛਿਆਂ 'ਚੋਂ ਪੰਜ ਟੁੱਟ ਗਏ ਤਾਂ ਜਿਹੜਾ ਇੱਕ ਆ ਅਸੀਂ ਸੁੱਟਦੇ ਨਹੀਂ ਆ ਉਹ ਇੱਕ ਵੀ ਸਾਡੇ ਕੋਲ ਪਿਆ ਹੁੰਦਾ ਅਸੀਂ ਉਹਨੂੰ ਵੀ ਯੂਜ਼ ਕਰਦੇ ਹੋ ਸਕਦਾ ਅਮੀਰ ਲੋਕ ਸੁੱਟ ਦਿੰਦੇ ਹੋਣ ਪਰ ਅਸੀਂ ਨਹੀਂ ਸੁੱਟਦੇ ਅਸੀਂ ਤਾਂ ਸੰਭਾਲ ਕੇ ਰੱਖਦੇ ਹਾਂ ਸੋ ਅੱਜ ਇਹ ਗਿਫਟ गिफ्ट ही बड़े हो गए चलो अज दिवाली तो एक दिन पहला दो दिन पहला गिफ्ट आ गया जी दिवाली दे सो पहली बार चार छुट्टियां हुई ਨਹੀਂ ਤੇ ਇੱਕ ਹੀ ਝੁੰਗੇ ਚ ਹੁੰਦੀ ਹੈ ਸਾਰਿਆਂ ਨੂੰ ਛੁੱਟੀਆਂ ਦੀ ਜ਼ਿਆਦਾ ਦੀਵਾਲੀ ਦੀ ਇੰਨੀ ਖੁਸ਼ੀ ਦੀ ਜਿੰਨੀ ਸਾਰਿਆਂ ਨੂੰ ਛੁੱਟੀਆਂ ਆਉਂਦੀਆਂ ਕਿ ਆਏ ਸ਼ੁਕਰ ਹੋ ਗਿਆ ਇੰਨੀਆਂ ਛੁੱਟੀਆਂ ਆ ਗਈਆਂ ਤੇ ਸਾਵਲ ਜੀ ਵੀ ਸਾਡੇ ਖੁਸ਼ ਨੇ ਸਤਿ ਸ਼੍ਰੀ ਅਕਾਲ ਤੇ ਬੋਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਇਹ ਕੈਮਰੇ ਤੋਂ ਭਜਦਾ ਹੈ ਪਤਾ ਨਹੀਂ ਕੀ ਗੱਲ ਹੈ ਕੈਮਰੇ ਤੋਂ ਬੜਾ ਡਰ ਲੱਗਦਾ ਡਰ ਲੱਗਦਾ ਮੰਮਾ ਜੋ ਮਰਜ਼ੀ ਹੋ ਜਾਏ ਮੈਨੂੰ ਕੈਮਰੇ ਦੇ ਅੱਗੇ ਨਾ ਲਿਆਇਓ ਤੇ ਹੁਣ ਪਿੱਛੇ ਹੱਥ ਜੋੜਨ ਲਿਆ ਮੇਰੇ ਬਾਅਦ ਚ ਕਹਿਣਾ ਲਿਆ ਉਹ ਤਾਂ ਸਾਡੇ ਤੱਕ ਹੀ ਆ ਗਏ ਤੁਸੀਂ ਮੰਮੀ ਕਿੱਥੋਂ ਆਏ ਜੀ ਹਾਂਜੀ ਗਿਫਟ ਮਿਲੇ ਨੇ ਜੀ ਹਾਂਜੀ ਮੰਮੀ ਇੱਧਰ ਹੱਥ ਸੀ ਲਓ ਸਤਿ ਸ਼੍ਰੀ ਅਕਾਲ ਬੋਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਛੋ ਕਿੱਦਾਂ ਕੀ ਹਾਲ ਚਾਲ ਨੇ ਆਪਣੇ ਠੀਕ ਨੇ ਤੁਹਾਡਾ ਕੀ ਹਾਲ ਚਾਲ ਹੈ ਸਾਰਿਆਂ ਦਾ ਸਾਰਿਆਂ ਦੇ ਕੀ ਹਾਲ ਚਾਲ ਨੇ ਜ਼ਰੂਰ ਦੱਸਿਓ
ਕਮੈਂਟ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਗੇ ਤੁਹਾਨੂੰ ਜੇ ਖੇਤ ਗੋਡੇ ਪੀੜ ਕਰਦੇ ਤੇ ਤੁਹਾਡੇ ਮੰਮੀ ਕੋਲ ਦਵਾਈ ਲੈ ਲੈਣ ਮੰਮੀ ਤੁਹਾਡੇ ਨਵੇਂ ਨਵੇਂ ਡਾਕਟਰ ਟਰਾਈ ਕਰਦੇ ਰਹਿੰਦੇ ਆ ਕੋਈ ਚੀਜ਼ ਨੀ ਮੈਂ ਛੱਡਦੀ ਕੁਛ ਵੀ ਸਾਵਲ ਪਹੁੰਚ ਗਿਆ ਕਿਚਨ ਚ ਉਹਨੇ ਕਹਿਣਾ ਕਿ ਮੰਮਾ ਨੇ ਖਾਣ ਨੂੰ ਕੁਛ ਨੀ ਦਿੱਤਾ ਇਹ ਗਿਫਟ ਲੈ ਕੇ ਆ ਗਏ ਤੇ ਆਪਾਂ ਇਦਾਂ ਹੀ ਕਰਦੇ ਕਰਦੇ ਹਨਾ ਇਹ ਕੱਪ ਤੋਂ ਵਰਡਿੰਗ ਪੜ੍ਹਨ ਲੱਗ ਪਏ ਤਾਂ ਬੜਾ ਵਧੀਆ ਲੱਗਿਆ ਤੇ ਦੋਸਤੀ ਚਲੋ ਦੋਸਤੀ ਬੈਸਟ ਫਰੈਂਡਸ ਦੇ ਆਪਾਂ ਵੇਖਣ ਲੱਗ ਪਏ ਉਹ ਗਿਫਟ ਅਤੇ ਉਹ ਵਰਡਿੰਗ ਪੜ੍ਹਨ ਲੱਗ ਪਏ ਤਾਂ ਬੜਾ ਵਧੀਆ ਲੱਗਿਆ ਤੇ ਮੈਂ ਕਿਹਾ ਵੀ ਤੁਹਾਡੀ ਹਨਾ ਫਰੈਂਡ ਨੇ ਗਿਫਟ ਦਿੱਤਾ ਅਤੇ ਮੈਂ ਕਿਹਾ ਮੈਨੂੰ ਵੀ ਮੇਰੀ ਫਰੈਂਡ ਇੰਨੇ 30 ਸਾਲ ਬਾਅਦ ਮਿਲੀ ਆ ਮਿਲੀ ਨਹੀਂ ਮਤਲਬ ਮਿਲ ਹੀ ਲਿਆ ਫੋਨ ਤੇ ਗੱਲ ਹੋ ਗਈ ਸਮਝੋ ਮਿਲ ਲਿਆ ਹੁਣ ਅਸੀਂ ਕਿਤੇ ਨਹੀਂ ਗਵਾਜਦੀਆਂ ਹੁਣ ਅਸੀਂ ਮਿਲਾਂਗੀਆਂ ਪਤਾ ਕੀ ਇੱਦਾਂ ਇੱਕ ਚੀਜ਼ ਹੈ ਕਿ ਵੀ ਇਹ ਵਰਡਿੰਗਸ ਤਕਰੀਬਨ ਕਈ ਕੱਪਾਂ 'ਤੇ ਲਿਖੀ ਹੋਈ ਹੈ ਨਾ ਅਤੇ ਕਈ ਜਿਹੜੇ ਫਰੈਂਡਸ ਆ ਉਹਨਾਂ ਨੇ ਆਪਸ ਵਿੱਚ ਦਿੱਤੇ ਹੋਣੇ ਆ ਜਿੱਦਾਂ ਜਿੱਦਾਂ ਆਪਾਂ ਪੜ੍ਹਦੇ ਹਾਂ ਨਾ ਜਿਹੜਾ ਵੀ ਪੜ੍ਹਦਾ ਆ ਵਾਕਿ ਉਸੇ ਗਹਿਰਾਈ ਵਿੱਚ ਚਲਾ ਜਾਂਦਾ ਹੈ ਕਿ ਆਪਾਂ ਇੱਦਾਂ ਕੀਤਾ ਸੀ ਆਪਾਂ ਇੱਦਾਂ ਕੀਤਾ ਸੀ ਆਹ ਚੀਜ਼ ਸੀ ਹੈ ਨਾ ਬਿਲਕੁਲ ਸਾਵਲ ਨੇ ਸੋਚਿਆ ਕਿ ਮੰਮਾ ਨੇ ਲੱਗਦਾ ਕੁਛ ਖਾਣ ਨੂੰ ਨਹੀਂ ਦੇਣਾ ਅੱਜ ਮੰਮਾ ਨੇ ਗਿਫਟ ਹੀ ਵੇਖਣੇ ਆ ਸਾਰੇ ਇਹ ਸੀ ਸਾਡੀ ਪਿਆਰੀ ਜੀ ਦੋਸਤੀ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਕਹਿੰਦੀ ਹਾਂ ਕਿ ਵੀ ਦੁਬਾਰਾ ਆਓ ਆਓ ਆਪਣਾ ਯੋਗਦਾਨ ਪਾਓ ਦੁਬਾਰਾ ਆਓ ਸਾਡੇ ਕੋਲ ਤੇ ਕਹਿੰਦੇ ਅਜੇ ਟਾਈਮ ਨਹੀਂ ਲੱਗਣ ਡਿਆ ਕਰਦੀ ਆਪ ਛੱਡਣ ਨੂੰ ਫਿਰ ਮੈਂ ਹੁਣ ਬੁੱਢੇ ਹੋ ਗਿਆ ਹੁਣ ਜੀ ਨਹੀਂ ਕਰਦਾ ਤੇ ਮੈਂ ਜੇ ਉਹ ਆ ਜਾਣਗੇ ਮੈਂ ਜ਼ਰੂਰ ਕਰੂੰਗੀ ਜੋਬ ਉਹਨਾਂ ਦੇ ਨਾਲ ਆਪ ਛੱਡਣ ਨੂੰ ਫਿਰਨੇ ਆ ਤਾਂ ਇਹੀ ਕਹਿੰਦੇ ਆ ਕਿ ਚਲੋ ਇਹ ਨਹੀਂ ਕਿ ਅਸੀਂ ਪੈਸੇ ਕਰਕੇ ਕਹਿੰਦੇ ਹਾਂ ਕਿ ਹਾਂ ਤੂੰ ਯਾਰ ਸਾਨੂੰ ਇਹ ਕਿ ਥੋੜ੍ਹਾ ਜਿਹਾ ਨਾ ਘਰੋਂ ਬਾਹਰ ਜਾਂਦੇ ਆ ਆਊਟਿੰਗ ਹੁੰਦੀ ਆ ਉਹਦੇ ਨਾਲ ਜਿਹੜਾ ਬੰਦਾ ਜਿਹੜਾ ਆ ਫਰੈਸ਼ ਰਹਿੰਦਾ ਠੀਕ ਠਾਕ ਰਹਿੰਦਾ ਥੋੜ੍ਹਾ ਜਿਹਾ ਜੇ ਘਰੇ ਬਹਿ ਗਏ ਤਾਂ ਫਿਰ ਇਹਨਾਂ ਘਰੇ ਉੱਥੇ ਬੈਠਦੇ ਬੈਠੇ ਰਹਿਣਾ ਅਤੇ ਤਾਂ ਕਰਕੇ ਆ ਬਾਕੀ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਮੈਨੂੰ ਆਪਣਾ ਕਮਰਾ ਚੰਗਾ ਲੱਗਦਾ ਆ ਤੇ ਇਕੱਲੇ ਰਹਿਣਾ ਪਸੰਦ ਆ ਕਿ ਵੀ ਮੈਂ ਮਤਲਬ ਕਿ ਮੈਨੂੰ ਕਿਤੇ ਮੇਲੇ ਵਿੱਚ ਜਾਣਾ ਜਾਂ ਕੋਈ ਹੋਰ ਕਿਤੇ ਜਾਣਾ ਮੈਨੂੰ ਉਹ ਇੰਨਾ ਪਸੰਦ ਨਹੀਂ ਹੈਗਾ ਆਪਣਾ ਰੂਮ ਤੇ ਬਸ ਆਪਣਾ ਬੈੱਡ ਬਹੁਤ ਪਸੰਦ ਆ ਬੈੱਡ ਤੁਹਾਡਾ ਚੇਂਜ ਕਰਨਾ ਪੈਣਾ ਜੇ ਤੁਹਾਨੂੰ ਬੈੱਡ ਬੜਾ ਪਸੰਦ ਆ ਮੈਨੂੰ ਕਹਿਣ ਦਿਓ ਤੁਸੀਂ ਚਲੋ ਦੇਖੋ ਜੀ ਇਹ ਸੀ ਸਾਡਾ ਵਲੌਗ ਅੱਜ ਦਾ ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਕਿਸੇ ਨਵੇਂ ਟੋਪਿਕ ਨਾਲ ਤਾਂ ਤਕਲੀਫ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਕਦਾ ਤੁਹਾਨੂੰ ਵੀ ਤੁਹਾਡੀ ਕੋਈ ਪੁਰਾਣੀ ਸਹੇਲੀ ਹੈ ਨਾ ਮਿਲੀ ਹੋਵੇ ਦੇਰ ਬਾਅਦ ਅਤੇ ਸ਼ਾਇਦ ਇਸ ਤਰ੍ਹਾਂ ਦਾ ਹੀ ਤੁਹਾਡੇ ਨਾਲ ਵੀ ਹੈ ਨਾ ਜਾਗਿਆ ਹੋਊਗਾ ਅਤੇ ਬਾਕੀ ਹੁਣ ਅਸੀਂ ਇੰਨੀ ਦੇਰ ਬਾਅਦ ਮਿਲੀਆਂ ਕਿ ਸਾਡੇ ਬੱਚੇ ਵੀ ਕਿੰਨੇ ਕਿੰਨੇ ਦੀ ਖੁਸ਼ੀ ਹੁੰਦੀ ਹੈ ਨਾ ਕਿ ਜਿੰਨੇ ਤੁਸੀਂ ਹੋਣ ਲੱਗ ਪਏ ਆ ਹਾਂ ਸੋਚਿਆ ਨਹੀਂ ਹੁੰਦਾ ਕਿ ਹੋ ਗਏ ਆ ਹਾਂ ਜਿੱਦਾਂ ਤੁਹਾਡੀ ਆ ਕਿ ਵੀ ਇੰਨੇ ਦੇਰ ਬਾਅਦ ਤੁਸੀਂ ਮਿਲੇ ਹੋ ਨਾ ਕਿ ਤੁਸੀਂ ਸੋਚਿਆ ਹੀ ਨਹੀਂ ਕਿ ਵੀ ਉਹ ਮਿਲਣਗੇ ਤੇ ਜੇ ਉਹ ਮਿਲ ਜਾਂਦੇ ਤੇ ਕਿੱਦਾਂ ਦੀ ਖੁਸ਼ੀ ਹੁੰਦੀ ਹੈ ਕਿ ਬੰਦੇ ਨੂੰ ਭੁੱਲ ਹੀ ਜਾਂਦਾ ਕਿ ਵੀ ਹਾਂ ਮੈਂ ਇੰਨੀ ਦੇਰ ਬੋਲਾਂਗਾ ਤੇ ਮੇਰਾ ਦਿਮਾਗ ਵੀ ਥੱਕ ਜਾਣਾ ਬਿਲਕੁਲ ਬਿਲਕੁਲ ਮੇਰਾ ਦਿਮਾਗ ਵੀ ਬਾਅਦ ਚ ਫਿਰ ਮੈਨੂੰ ਨੀਂਦ ਨਾ ਆਈ ਕਿੰਨੀ ਦੇਰ ਮੈਨੂੰ ਨੀਂਦ ਨਾ ਆਈ ਤੇ ਮੈਂ ਕਿਹਾ ਹਾਏ ਮੇਰਾ ਗਲਾ ਵੀ ਜਵਾਬ ਦੇ ਗਿਆ ਮੈਨੂੰ ਕੁਛ ਕਿਉਂਕਿ ਮੈਂ ਬੋਲਦੀ ਇੰਨਾ ਜ਼ਿਆਦਾ ਨਹੀਂ ਬੋਲਦੀ ਘੱਟ ਬੋਲਦੀ ਆ ਫੋਨ ਤੇ ਬੋਲਦੀ ਆ ਮੈਨੂੰ ਹਰ ਵਾਰੀ ਕਹਿੰਦੇ ਮੈਂ ਇਕੱਲੀ ਬੋਲਦੀ ਆ ਤੇ ਮੈਨੂੰ ਚੰਗਾ ਨਹੀਂ ਲੱਗਦਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਤਾਂ ਬੋਲੋ ਜੇ ਬੋਲ ਸਕਦੇ ਹੋ ਤੇ ਲਓ ਜੀ ਮਿਲਦੇ ਹਾਂ ਜੀ ਕੱਲ੍ਹ ਨੂੰ ਨਵੀਂ ਵੀਡੀਓ ਨਾਲ ਤਾਂ ਤਕਲੀਫ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਹੁਣ ਡੇਲੀ ਤੁਹਾਡੇ ਕੋਲ ਵਲੌਗ ਪਹੁੰਚਿਆ ਕਰਨਗੇ ਕੋਸ਼ਿਸ਼ ਪੂਰੀ ਹੋਏਗੀ ਬਣਾਵਾਂਗੇ ਤਾਂ ਪਹੁੰਚਣਗੇ ਇਤਰਾ ਹੀ ਪਹੁੰਚਣਗੇ ਜ਼ਰੂਰ ਪਹੁੰਚਣਗੇ ਚਲੋ ਵੇਖਦੇ ਹਾਂ ਆਈ ਬੀ ਪੋਜ਼ਿਟਿਵ ਓਕੇ ਜੀ ਬਾਏ